ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ। ਅੱਜ ਆਪਾਂ ਬਣਾਵਾਂਗੇ ਛੋਲੀਆ ਪੁਲਾਓ ਕਹਿ ਲਓ ਉਹਨੂੰ, ਜਾਂ ਛੋਲੀਏ ਵਾਲੇ ਚੌਲ ਕਹਿ ਲਓ ਪੰਜਾਬੀ ਸਟਾਈਲ ਦੇ ਵਿੱਚ। ਇਹਦੇ ਵਾਸਤੇ ਆਪਾਂ ਕੜਾਹੀ ਦੇ ਵਿੱਚ ਥੋੜ੍ਹਾ ਜਿਹਾ ਤੇਲ ਪਾ ਲਿਆ, ਦੋ ਤਿੰਨ ਚਾਰ ਕੁ ਚਮਚ, ਤਾਂ ਜਦੋਂ ਤੇਲ ਕਲਕ ਗਿਆ ਉਹਨੂੰ ਥੋੜ੍ਹਾ ਠੰਡਾ ਕਰਕੇ, ਤਾਂ ਉਸ ਤੋਂ ਬਾਅਦ ਫਿਰ ਆਪਾਂ ਪਾ ਦੇਵਾਂਗੇ। ਤੇਲ ਗਰਮ ਹੀ ਹੋਵੇ, ਮਤਲਬ ਕਲਕਦਾ ਨਾ ਹੋਵੇ, ਅਤੇ ਗਰਮ ਤੇਲ ਦੇ ਵਿੱਚ ਜੀਰਾ ਪਾ ਦੇਵਾਂਗੇ। ਜਦੋਂ ਜੀਰਾ ਗੋਲਡਨ ਬਰਾਊਨ ਹੋ ਗਿਆ ਤਾਂ ਵਿੱਚ ਆਪਾਂ ਕਟਿੰਗ ਕੀਤੇ ਹੋਏ ਪਿਆਜ਼ ਪਾ ਦੇਵਾਂਗੇ, ਤਾਂ ਇਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਹਿਲਾ ਕੇ, ਤਾਂ ਫਿਰ ਇਹਦੇ ਵਿੱਚ ਆਪਾਂ ਜਦੋਂ ਇਹ 2 ਕੁ ਮਿੰਟ ਭੁੱਜ ਗਏ, ਮਿੰਟ ਡੇਢ ਕੁ ਮਿੰਟ, ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਆਲੂ ਪਾ ਦੇਵਾਂਗੇ। ਮੈਂ ਜਿਹੜਾ ਬਣਾ ਰਹੀ ਹਾਂ ਚੌਲ ਪੰਜਾਬੀ ਸਟਾਈਲ ਪਾ ਰਹੇ, ਪਰ ਪੰਜਾਬੀਆਂ ਦੇ ਵਿੱਚ ਆਲੂ ਅਤੇ ਪਿਆਜ਼ ਜ਼ਰੂਰ ਪਾਉਂਦੇ ਆ ਛੋਲੀਏ ਵਾਲੇ ਚੌਲਾਂ ਦੇ ਵਿੱਚ। ਇਹਦੇ ਵਾਸਤੇ ਮੈਂ 3 ਪਿਆਜ਼ ਵੀ ਪਾ, ਆਲੂ ਵੀ ਕੱਟ ਲਏ ਸੀਗੇ, ਅਤੇ ਆਲੂ ਕੱਟ ਕੇ ਧੋ ਕੇ ਅਤੇ ਵਿੱਚ ਆਪਾਂ ਉਹ ਵੀ ਮਿਕਸ ਕਰ ਦੇਵਾਂਗੇ, ਤਾਂ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸੇਕ ਲਵਾ ਲਵਾਂਗੇ। ਵਿਵਰਸ, ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰਨਾ, ਤਾਂ ਕਿ ਮੇਰੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਹੁਣ ਆਲੂ ਅਤੇ ਪਿਆਜ਼ ਥੋੜ੍ਹੇ ਭੁੱਜ ਗਏ ਆ ਇਹ, ਤਾਂ ਇਹਨਾਂ ਨੂੰ ਸੇਕ ਲੱਗ ਚੁੱਕਿਆ ਥੋੜ੍ਹਾ, ਤਾਂ ਫਿਰ ਇਹਦੇ ਵਿੱਚ ਆਪਾਂ ਨਮਕ, ਲਾਲ ਮਿਰਚ, ਨਮਕ ਮਿਰਚ ਮਸਾਲਾ ਤੁਸੀਂ ਆਪਣੀ ਫੈਮਿਲੀ ਦੇ ਟੇਸਟ ਦੇ ਅਕੋਰਡਿੰਗ ਹੀ ਪਾਓ ਜਿੰਨਾ ਕੁ ਖਾਂਦੇ ਆ, ਤਾਂ ਥੋੜ੍ਹਾ ਜਿਹਾ 1/2 ਚਮਚ ਹਲਦੀ ਦਾ ਵੀ ਪਾ ਦੇਵਾਂਗੇ ਆਪਾਂ। ਮੈਂ ਤਾਂ ਜ਼ਰੂਰ ਹਲਦੀ ਪਾਉਂਦੀ ਹਾਂ ਛੋਲੀਏ ਵਾਲੇ ਚੌਲ ਹੋਣ, ਤਾਂ ਜੇ ਤੁਹਾਡੀ ਮਰਜ਼ੀ ਹੈ ਤਾਂ ਪਾ ਲਓ, ਨਹੀਂ ਮਰਜ਼ੀ ਤਾਂ ਨਾ ਵੀ ਪਾਓ ਹਲਦੀ, ਪਰ ਹਲਦੀ ਨਾਲ ਰੰਗਤ ਬਹੁਤ ਵਧੀਆ ਆ ਜਾਂਦੀ ਹੈ। ਤਾਂ 1/2 ਚਮਚ ਆਪਾਂ ਕਾਲੀ ਮਿਰਚ ਦਾ ਪਾਤਾ, 1/2 ਚਮਚ ਤੋਂ ਥੋੜ੍ਹਾ ਜਿਹਾ ਘੱਟ, ਤਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜ੍ਹਾ ਸੇਕ ਵੀ ਲੱਗ ਗਿਆ, ਮਸਾਲੇ ਵੀ ਭੁੱਜ ਗਏ ਹੈ, ਤਾਂ ਹੁਣ ਆਪਾਂ ਇਹਦੇ ਵਿੱਚ ਇੱਥੇ ਪਾਵਾਂਗੇ 1 ਕਟੋਰੀ ਮੈਂ ਲੈ ਰੱਖੀ ਆ ਉਹਨਾਂ ਦੀ ਹਰੀ ਗ੍ਰੀਨ ਚਨੇ ਦੀ, ਚਨੇ ਕੱਢ ਕੇ ਧੋ ਸਵਾਰ ਕੇ ਰੱਖ ਰੱਖੇ ਸੀਗੇ, ਤਾਂ ਇੱਥੇ ਹੁਣ ਆਪਾਂ ਪਾਵਾਂਗੇ ਗ੍ਰੀਨ ਚਨਾ। ਗ੍ਰੀਨ ਚਨੇ ਨੂੰ ਪਾ ਕੇ ਤਾਂ ਇਹ ਮਸਾਲੇ ਦੇ ਵਿੱਚ ਮਿਕਸ ਕਰ ਦੇਵਾਂਗੇ। ਇਹਨੂੰ ਨਹੀਂ ਆਪਾਂ ਜ਼ਿਆਦਾ ਭੁੰਨਾਂਗੇ ਕਿਉਂਕਿ ਫਰੈਸ਼ ਚਨੇ ਹੈ, ਤਾਂ ਇਹ ਵੈਸੇ ਬਹੁਤ ਸੋਫਟ, ਬਹੁਤ ਜਲਦੀ ਪੱਕ ਜਾਂਦੇ ਆ, ਜਿੰਨੇ ਨੂੰ ਚੌਲ ਪੱਕਣੇ ਉਹਨੇ ਨੂੰ ਆਪਣੇ ਇਹ ਪੱਕ ਜਾਣਗੇ ਛੋਲੀਆ। ਤਾਂ ਇਹਦੇ ਵਾਸਤੇ ਮੈਂ 1.5 ਕਟੋਰੀ ਬਾਸਮਤੀ ਚੌਲ ਲੈ ਕੇ ਉਹਨਾਂ ਨੂੰ ਧੋ ਕੇ 2-3 ਪਾਣੀ 'ਤੇ ਉਹਨਾਂ ਨੂੰ ਮੈਂ ਨਾ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿੱਤਾ ਸੀ ਭਿਉਂ ਕੇ, ਕਿਉਂਕਿ ਜੇ ਭਿਉਂ ਕੇ ਰੱਖੇ ਹੋਏ ਚੌਲ ਹੋਣ ਤਾਂ ਉਹ ਇਹ ਬਾਸਮਤੀ ਵਾਲੇ ਚੌਲ ਤਾਂ ਉਹ ਬਹੁਤ ਟੇਸਟੀ ਵੀ ਬਣਦੇ ਆ, ਬੜੇ ਖਿੰਡਵੇਂ ਵੀ ਬਣਦੇ ਆ ਅਤੇ ਬੜੇ ਲੰਮੇ ਵੀ ਹੁੰਦੇ ਆ। ਤਾਂ ਇਹਨਾਂ ਨੂੰ ਆਪਾਂ ਹਲਕੇ ਹੱਥ ਨਾਲ ਪਹਿਲਾਂ 1 ਵਾਰੀ ਮਸਾਲੇ ਦੇ ਵਿੱਚ ਹੀ ਆਪਾਂ ਮਿਕਸ ਕਰ ਲਵਾਂਗੇ। ਲਓ ਜੀ, ਹੁਣ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ 1.5 ਕਟੋਰੀ ਚੌਲ ਲਏ ਸੀਗੇ ਤਾਂ ਆਪਾਂ ਸੋਕ ਕਰਕੇ ਲਏ ਹੋਏ ਆ, ਤਾਂ 3 ਕਟੋਰੀ ਤੋਂ ਥੋੜ੍ਹਾ ਜਿਹਾ ਘੱਟ, ਮਤਲਬ 2.25 ਕਟੋਰੀਆਂ ਆਪਾਂ ਪਾਣੀ ਦੀਆਂ ਪਾ ਦਿੱਤੀਆਂ। ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾ ਕੇ, ਤਾਂ ਹੁਣ ਉੱਪਰੋਂ ਆਪਾਂ ਢੱਕ ਕੇ, ਤਾਂ 1 ਵਾਰੀ ਆਪਾਂ ਪੂਰੀ ਫੁੱਲ ਫਲੇਮ 'ਤੇ ਹੀ ਪਕਾਵਾਂਗੇ, ਇਹਨੂੰ ਉੱਪਰੋਂ ਕਵਰ ਕਰ ਦੇਵਾਂਗੇ, ਅਤੇ ਗੈਸ ਦੀ ਫਲੇਮ ਜਿਹੜੀ ਥੱਲੇ ਫੁੱਲ ਹੀ ਹੋਊਗੀ। ਤਾਂ ਹੁਣ 2-4 ਮਿੰਟਾਂ ਬਾਅਦ ਜਦੋਂ ਉਬਾਲਾ ਆ ਗਿਆ, ਉਸ ਤੋਂ ਬਾਅਦ
ਆਪਾਂ ਫਿਰ ਵਿੱਚ ਦੀ ਹਿਲਾਉਂਦੇ ਹੋਏ ਤਾਂ ਇਹਨੂੰ ਪਕਾਵਾਂਗੇ। ਹਲਕੇ ਹੱਥ ਨਾਲ ਇਹਨੂੰ ਆਪਾਂ ਉੱਪਰ ਨੀਚੇ ਕਰ ਦੇਵਾਂਗੇ। ਲਓ ਜੀ, ਹਜੇ ਥੋੜ੍ਹਾ ਪਾਣੀ ਵੀ ਹੈਗਾ ਵਿੱਚ ਚੌਲਾਂ ਦੇ, ਤਾਂ ਬਣੇ ਵੀ ਨਹੀਂ ਹੈਗੇ ਹਜੇ ਪੂਰੇ, ਦੋ ਤੇ ਤਿੰਨ ਕੁ ਮਿੰਟ ਹੀ ਹੋਏ ਆ। ਤਾਂ ਇਹਨਾਂ ਨੂੰ ਆਪਾਂ ਹੁਣ ਫਿਰ ਤੋਂ ਉੱਪਰ ਨੀਚੇ ਕਰਕੇ ਤਾਂ ਚੰਗੀ ਤਰ੍ਹਾਂ ਆਪਾਂ ਫਿਰ ਤੋਂ ਢੱਕ ਕੇ ਇਹਨੂੰ ਪਕਾਵਾਂਗੇ। ਇੱਥੇ ਆਪਾਂ ਗੈਸ ਦੀ ਫਲੇਮ ਥੋੜ੍ਹੀ ਮੀਡੀਅਮ ਕਰ ਦਿੱਤੀ ਸੀਗੀ। ਲਓ ਜੀ, ਹੁਣ ਥੋੜ੍ਹੀ ਦੇਰ ਬਾਅਦ ਹੋਰ ਬਾਕੀ ਆਪਦੇ ਗੈਸ ਦੇ ਅਤੇ ਆਪਦੀ ਕੜਾਹੀ ਦੀ ਦੇ ਤਲੇ ਦੇ ਅਕੋਰਡਿੰਗ ਹੁੰਦਾ ਸੇਕ ਕਿੰਨਾ ਕੁ ਲੱਗਦਾ। ਲਓ ਜੀ, ਹੁਣ ਆਪਣੇ ਚੌਲ ਹੈ ਜਿਹੜੇ ਐਨ ਪੂਰੇ ਖਿਲ ਕੇ ਬਣ ਗਏ ਆ, ਤਾਂ ਹੁਣ ਇਹਨਾਂ ਨੂੰ ਆਪਾਂ ਟੋਹ ਕੇ ਵੀ ਵੇਖ ਲਾਂਗੇ। ਬਿਲਕੁਲ ਵੈਸੇ ਤਾਂ ਬਣ ਗਏ, ਪਰ ਥੋੜ੍ਹੀ ਹਜੇ ਥੋੜ੍ਹੀ ਜਿਹੀ ਕਸਰ ਜਿਵੇਂ ਖੜਵੇਂ ਕਹਿ ਸਕਦੇ ਹਾਂ, ਇੱਕ ਅੱਧੀ ਕਣੀ ਹੈਗੀ ਆ। ਇਹਨੂੰ ਗੈਸ ਤਾਂ ਨੀਚੇ ਤਾਂ ਆਪਾਂ ਬੰਦ ਕਰਤਾ, ਅਤੇ ਇਹਨੂੰ ਆਪਾਂ ਢੱਕ ਦੇਵਾਂਗੇ। ਢੱਕ ਕੇ ਤਾਂ ਇਹਨੂੰ ਆਪਾਂ ਪਏ ਰਹਿਣ ਦੇਵਾਂਗੇ 10 ਮਿੰਟਾਂ ਵਾਸਤੇ। ਲਓ ਜੀ, 10 ਮਿੰਟ ਹੋ ਗਏ। ਹੁਣ ਆਪਾਂ ਫਰੈਸ਼ ਹਰਾ ਧਨੀਆ ਕੋਲੋਂ ਕਟਿੰਗ ਕਰ ਰੱਖਿਆ ਸੀ, ਉਹ ਚੰਗੀ ਤਰ੍ਹਾਂ ਪਾ ਕੇ ਇਹਦੇ ਵਿੱਚ ਮਿਕਸ ਕਰ ਦੇਵਾਂਗੇ, ਕਿਉਂਕਿ ਚੌਲ ਕੋਈ ਵੀ ਹੁਣ ਬਣਾਉਣ ਤੋਂ ਬਾਅਦ ਤੁਰੰਤ ਉਹਨਾਂ ਨੂੰ ਆਪਾਂ ਖੋਲ੍ਹ ਕੇ ਪਾ ਲਈਏ ਬਰਤਨ ਦੇ ਵਿੱਚ, ਤਾਂ ਉਹ ਜੀ ਆਪਾਂ ਨੂੰ ਲੁੱਕ ਨਹੀਂ ਦੇਣਗੇ। ਜਿੰਨਾ ਆਪਾਂ ਥੋੜ੍ਹੀ ਦੇਰ ਰੁੱਕ ਕੇ ਜਿਹੜਾ ਮੋਇਸਚਰ ਹੈ ਉਹ ਵੀ ਸਾਰਾ ਸੋਖ ਲੈਂਦੇ ਆ, ਤਾਂ ਬਹੁਤ ਵਧੀਆ ਬਣ ਕੇ ਆਪਣੇ ਕੋਲ ਰੈਡੀ ਹੋਏ ਆ। ਲਓ ਜੀ ਵੀਵਰਸ, ਛੋਲੀਏ ਵਾਲੇ ਤੜਕੇ ਵਾਲੇ ਚੌਲ ਹੈ ਜਿਹੜੇ ਪੰਜਾਬੀ ਸਟਾਈਲ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹਨੂੰ ਮੈਂ ਦਹੀਂ ਨਾਲ ਗਾਰਨਿਸ਼ ਕੀਤਾ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਔਰ ਜੇ ਵੀ ਤੁਸੀਂ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰ ਲੈਣਾ ਤਾਂ ਕਿ ਮੇਰੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਛੋਲੀਏ ਵਾਲੇ ਤੜਕੇ ਵਾਲੇ ਚੌਲ ਕਿਸ ਤਰ੍ਹਾਂ ਦੇ ਲੱਗੇ, ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।